ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਸਵੇਰ ਸਾਂਝ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ, ਅਹਿਮ ਮੁੱਦੇ ਜਿਸ ਦੇ ਉੱਤੇ ਅਸੀਂ ਕਰਨ ਜਾ ਰਹੇ ਹਾਂ ਚਰਚਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਕੀਤਾ ਗਿਆ, ਕਿਸ ਵੱਲੋਂ ਕੀਤਾ ਗਿਆ ਤੇ ਕਿਉਂ ਕੀਤਾ ਗਿਆ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਨਾਲ ਹੀ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਹੋ ਰਹੀ ਹੈ ਨਜਾਇਜ਼ ਮਾਈਨਿੰਗ, ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਕੀ ਹਾਲਾਤ ਨੇ, ਕੀ ਸਥਿਤੀਆਂ ਨਜ਼ਰ ਆ ਰਹੀਆਂ ਨੇ, ਤੇ ਨਾਲ ਹੀ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਆਪਣੇ ਕਾਰਨਾਮੇ ਦੇ ਕਾਰਨ ਕਸੂਤਾ ਫਸਦਾ ਨਜ਼ਰ ਆ ਰਿਹਾ ਹੈ, ਕੀ ਨਵਾਂ ਕਾਰਨਾਮਾ ਸਾਹਮਣੇ ਆਇਆ, ਇਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤੇ ਕਿਹੜੇ ਵਿਧਾਇਕ ਦਾ ਸਾਹਮਣੇ ਆਇਆ ਹੈ ਉਸ ਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ 'ਚ। ਚਰਚਾ ਕਰਨ ਲਈ ਸ਼ਾਮਿਲ ਹੋਏ ਨੇ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ। ਖਾਨਪੁਰ ਸਾਹਿਬ, ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ, ਜੀ ਆਇਆਂ ਨੂੰ, ਤੇ ਨਾਲ ਹੀ ਤੁਹਾਨੂੰ ਸਾਡੀ ਪੂਰੀ ਟੀਮ ਦੇ ਵੱਲੋਂ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਗੁਰਪ੍ਰੀਤ ਜੀ, ਵਿਨਿੰਗ ਪ੍ਰੋਗਰਾਮ ਦੇਖ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਸਰੋਤਿਆਂ ਨੂੰ ਮੈਂ ਆਪਣੇ ਦਿਲ ਦੀ ਗਹਿਰਾਈਆਂ 'ਚੋਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਠਾ ਸਾਹਿਬ, ਆਪ ਜੀ ਦੀ ਸਮੁੱਚੀ ਟੀਮ ਦਾ ਤੇ ਸਮੁੱਚੇ ਦਰਸ਼ਕਾਂ ਦਾ, ਸਮੁੱਚੇ ਸਾਡੇ ਚਾਹਣ ਵਾਲੇ ਪ੍ਰੇਮੀਆਂ ਦਾ ਮੈਂ ਬਹੁਤ ਦਿਲੋਂ ਰਿਣੀ ਹਾਂ, ਜਿਨ੍ਹਾਂ ਨੇ ਅੱਜ ਮੇਰੇ 75ਵੇਂ ਜਨਮ ਦਿਨ ਦੇ ਉੱਤੇ ਸਵੇਰ ਤੋਂ ਲੈ ਕੇ ਅਮੈਰੀਕਾ, ਕਨੇਡਾ, ਆਸਟ੍ਰੇਲੀਆ, UK, ਹਰ ਦੇਸ਼ ਤੇ ਵਿਦੇਸ਼ਾਂ ਵਿੱਚੋਂ ਸ਼ੁਭਕਾਮਨਾਵਾਂ ਭੇਜੀਆਂ ਨੇ, ਮੈਂ ਸਾਰਿਆਂ ਦਾ ਬਹੁਤ ਬਹੁਤ ਰਿਣੀ ਹਾਂ ਜੀ। ਤੇ ਖਾਨਪੁਰ ਸਾਹਿਬ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜਿਸ ਤਰੀਕੇ ਦੇ ਨਾਲ, ਸਭ ਤੋਂ ਪਹਿਲਾਂ ਗੱਲ ਕਰਾਂਗੇ ਕੁੰਵਰ ਵਿਜੇ ਪ੍ਰਤਾਪ, ਇਸ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਫਿਰ ਤੋਂ ਆਵਾਜ਼ ਚੁੱਕੀ ਗਈ, ਬੇਅਦਬੀ ਦਾ ਮੁੱਦਾ ਜਿਹੜਾ ਉਹ ਚੁੱਕਿਆ ਗਿਆ, ਪਰ ਜਿੰਨਾ ਕੁ ਸਮਾਂ ਬੋਲਣ ਦਾ ਉਹਨਾਂ ਨੂੰ ਦਿੱਤਾ ਗਿਆ, ਪਰ ਇਸ ਮਾਮਲੇ ਨੂੰ ਲੈ ਕੇ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ, ਤਾਂ ਉਧਰ ਦੂਜੇ ਪਾਸੇ ਉਹਨਾਂ ਦਾ ਸਨਮਾਨ ਕੀਤਾ ਗਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਕਿ ਆਖਿਰ ਕੋਈ ਜਿਹਾ ਵਿਧਾਇਕ ਤਾਂ ਹੈਗਾ ਜਿਸ ਦੇ ਵੱਲੋਂ ਬੇਅਦਬੀ ਦੀ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਤੇ ਮੁੱਦਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਗਿਆ, ਕਿਵੇਂ ਦੇਖਦੇ ਹੋ? ਗੁਰਪ੍ਰੀਤ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ੁਰੂ ਤੋਂ ਹੀ ਇਸ ਪੰਥਕ ਮਾਮਲੇ ਦੇ ਉੱਤੇ ਬਹੁਤ ਹੀ ਦੁਖੀ ਹਿਰਦੇ ਨਾਲ ਇਹ ਗੱਲ ਚੱਲਦੇ ਕਰਦੇ ਆ ਰਹੇ ਅਤੇ ਇਸ ਬੇਅਦਬੀ ਦੀ ਜਲਦੀ ਫੈਸਲਾ ਕਰਾਉਣਾ, ਜਲਦੀ ਜਾਂਚ ਹੋਣੀ, ਜਲਦੀ ਦੋਸ਼ੀਆਂ ਨੂੰ ਕਟਹਿਰੇ ਵਿੱਚ ਲੈਣ ਦੀ ਗੱਲ ਕਰਦੇ। ਲੇਕਿਨ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਗੋਂਗਲੋਂ ਤੋਂ ਮਿੱਟੀ ਤਾਰਦੀਆਂ ਰਹੀਆਂ, ਆਪਣਾ ਟਾਈਮ ਪੂਰਾ ਕਰਦੇ ਰਹੇ, ਚਾਹੇ ਉਹ ਅਕਾਲੀ ਸਰਕਾਰ ਹੋਵੇ, ਚਾਹੇ ਉਹ ਕਾਂਗਰਸ ਸਰਕਾਰ ਹੋਵੇ, ਤੇ 6.5 ਮਹੀਨੇ ਹੁਣ ਇਹ ਸਰਕਾਰ ਨੂੰ ਵੀ ਬਣੀ ਨੂੰ ਹੋ ਗਈ, ਔਰ ਇਹਨੇ ਇਸੇ ਮੁਸ਼ਕਿਲ ਦੇ ਮੁੱਦੇ ਦੇ ਬਣੇ ਸੀ ਕਿ ਸਾਡੀ ਸਰਕਾਰ ਬਣ ਜੇ, ਅਸੀਂ ਕੁਛ ਘੰਟਿਆਂ ਦੇ ਵਿੱਚ, ਕੁਛ ਹਫ਼ਤੇ ਦੇ ਵਿੱਚ ਹੀ ਇਹਦਾ ਇਨਸਾਫ ਦੇਣਾ, ਪਰ ਉਹ ਸੰਤ ਅਸਾਧਾਂ ਦਾ ਕਿਹਾ ਸਿਰ ਮੱਥੇ ਪਤਨਾਲਾ, ਉੱਥੇ ਦਾ ਉੱਥੇ ਕੁਛ ਨਹੀਂ ਹੋਇਆ। ਇੱਕੇ ਇੱਕ MLA ਵਿਜੇ ਕੁੰਵਰ ਪ੍ਰਤਾਪ ਸਿੰਘ ਨੇ ਜਿਹੜੇ IG ਦੀ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਆਏ ਨੇ, ਉਹਨਾਂ ਨੇ ਪਿਛਲੀ ਸੈਸ਼ਨ ਦੇ ਵਿੱਚ ਵੀ ਇਹ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਉਠਾ ਸਕੇ। ਅੱਜ ਉਹਨਾਂ ਨੂੰ ਜਿੰਨਾ ਵੀ ਸਮਾਂ ਮਿਲਿਆ, ਉਹਦੇ ਵਿੱਚ ਇਹ ਸੈਸ਼ਨ ਵਿੱਚ ਜਿੰਨਾ ਸਮਾਂ ਮਿਲਿਆ, ਉਹਨਾਂ ਨੇ ਗੱਲ ਚੁੱਕੀ, ਬਹੁਤ ਹੀ ਸ਼ਲਾਘਾਯੋਗ ਤੇ ਬਹੁਤ ਹੀ ਪੰਜਾਬ ਦੇ ਹਿੱਤਾਂ ਲਈ ਅਤੇ ਉਹਨਾਂ ਜ਼ਖਮੀ ਹਿਰਦਿਆਂ ਲਈ ਜਿਹੜੇ ਕਿ ਸਿੱਖੀ ਦੇ ਉਸ ਬੇਅਦਬੀ ਘੋਰ ਦੇ ਵਿੱਚੋਂ ਦੁਖੀ ਸੀ, ਉਹਨਾਂ ਨੂੰ ਕੁਛ ਰਾਹਤ ਮਿਲੀ ਹੈ ਉਸ ਦੇ ਇਵਜ ਦੇ ਵਿੱਚ, ਔਰ ਉਹਨਾਂ ਦਾ ਸਨਮਾਨ ਅੰਮ੍ਰਿਤਸਰ ਦੇ ਵਿੱਚ ਪੰਥਕ ਤਾਲਮੇਲ ਸੰਗਠਨ ਹੈ ਜਿਹਦੇ ਪ੍ਰਧਾਨ ਸਾਬਕਾ ਜਥੇਦਾਰ ਕੇਵਲ ਸਿੰਘ ਤਲਵੰਡੀ ਸਾਬੋ ਨੇ ਅਤੇ ਜਸਵਿੰਦਰ ਸਿੰਘ ਐਡਵੋਕੇਟ ਜਿਹੜੇ ਪਹਿਲਾਂ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਵੀ ਰਹੇ ਸ਼੍ਰੋਮਣੀ ਕਮੇਟੀ ਦੇ ਜੀ, ਤੇ ਹੁਣ ਇਸ ਗੱਲ ਦੇ ਨਾਲ, ਪਰ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਸਤਿਕਾਰਯੋਗ ਜਥੇਦਾਰ ਇਹ ਆ ਪੰਥਕ ਦੇ ਜੋ ਨੁਮਾਇੰਦੇ ਹੁੰਦੇ ਨੇ ਜਦੋਂ ਇਹ ਪਾਵਰ ਦੇ ਵਿੱਚ ਹੁੰਦੇ ਨੇ ਉਦੋਂ ਕੋਈ ਗੱਲ ਨਹੀਂ ਕਰਦੇ, ਉਦੋਂ ਕੋਈ ਇਦਾਂ ਦਾ ਇਸ਼ੂ ਨਹੀਂ ਉਠਾਉਂਦੇ, ਉਦੋਂ ਕੋਈ ਧਾਰਮਿਕ ਸੰਮੇਲਨ ਹੈ ਜਾਂ ਸਿੱਖੀ ਪ੍ਰਚਾਰ ਹੈ ਜਾਂ ਨੌਜਵਾਨਾਂ ਨੂੰ ਸਿੱਖੀ ਵਾਲੇ ਪਾਸੇ ਜੋੜਨਾ ਜਾਂ ਨੌਜਵਾਨਾਂ ਨੂੰ ਚੰਗੀ ਵਿੱਦਿਆ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੇ ਵਿੱਚ ਦੇਣ ਦੀ ਗੱਲ ਨਹੀਂ ਕਰਦੇ। ਜਦੋਂ ਇਹਨਾਂ ਕੋਲ ਪਾਵਰ ਖੋ ਜਾਂਦੀ ਹੈ ਉਸ ਟਾਈਮ ਫਿਰ ਇਹ ਇੱਦਾਂ ਦਾ ਕੋਈ ਰਾਗ ਸ਼ੋਅ ਲੈਂਦੇ ਨੇ ਤਾਂ ਕਿ ਲੋਕਾਂ ਦੀ ਨਿਗਾਹ ਦੇ ਵਿੱਚ ਆ ਜਾਣ। ਅੱਜ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਹਰਪ੍ਰੀਤ ਸਿੰਘ ਜੀ ਅਤੇ ਬਾਕੀ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਅੱਜ ਉਹ ਪਾਵਰ ਦੇ ਵਿੱਚ ਨੇ, ਅੱਜ ਉਹ ਤਖ਼ਤਾਂ ਦੇ ਉੱਤੇ ਬੈਠੇ ਨੇ, ਲੋਕਾਂ ਨੇ ਉਹਨਾਂ ਨੂੰ ਮਾਣ ਸਨਮਾਨ ਪੰਥ ਨੇ ਦਿੱਤਾ, ਪੂਰੀ ਦੁਨੀਆ ਅਕਾਲ ਤਖ਼ਤ ਨੂੰ ਇੱਕ ਵੱਡਾ ਸਿੱਖ ਪੰਥ ਦਾ ਅਕਾਲ ਤਖ਼ਤ ਮੰਨਦੀ ਹੈ।
ਉਹਨਾਂ ਨੂੰ ਇਹਦੇ ਉੱਤੇ ਕੋਈ ਸਟੈਂਡ ਲੈਣਾ ਚਾਹੀਦਾ। ਉਹ ਕੋ ਸਿਆਸਤ ਦੀ ਬਲੀ ਨਾ ਚੜ੍ਹ, ਕਿਸੇ ਸਿਆਸੀ ਬੰਦੇ ਦੀ ਗੱਲ ਨਾ ਕਰਨ, ਉਹ ਨਿਰੋਲ ਸਿੱਖ ਧਰਮ ਦੀ ਗੱਲ ਕਰਨ। ਅੱਜ ਸਿੱਖ ਧਰਮ ਦੇ ਪ੍ਰਚਾਰ ਨਾ ਹੋਣ ਕਰਕੇ ਜਾਂ ਸਿੱਖ ਧਰਮ ਦੀ ਜਾਣਕਾਰੀ ਸਕੂਲਾਂ ਕਾਲਜਾਂ ਵਿੱਚ ਚੰਗੇ ਤਰੀਕੇ ਨਾਲ ਦੇਣ ਕਰਕੇ ਸਾਡੇ ਨੌਜਵਾਨ ਪਤਿਤ ਹੁੰਦੇ ਜਾ ਰਹੇ ਨੇ, ਦਾੜੀ ਕੇਸ ਕਟਾ ਰਹੇ ਨੇ ਅਤੇ ਵਿਦੇਸ਼ਾਂ ਨੂੰ ਜਾ ਰਹੇ ਨੇ। ਜੇ ਸਾਡੇ ਨੌਜਵਾਨਾਂ ਨੂੰ ਇੱਥੇ ਧਰਮ ਨਾਲ ਜੋੜਿਆ ਜਾਵੇ, ਧਾਰਮਿਕ ਸੰਸਥਾਵਾਂ ਚੰਗੇ ਤਰ੍ਹਾਂ ਦੇ ਕੋਚਿੰਗ ਸੈਂਟਰ IAS IPS ਜਾਂ ਜੱਜਸ ਦੀਆਂ ਪੜ੍ਹਾਈਆਂ ਕਰਾਉਣ, ਤਾਂ ਸਾਡੇ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੀ ਬਾਗਡੋਰ ਸੰਭਾਲਣ। ਅੱਜ ਪੰਜਾਬ ਦੀ ਬਾਗਡੋਰ ਕਿਹਦੇ ਕੋਲ ਹੈ? ਅੱਜ ਪੰਜਾਬ ਦੀ ਬਾਗਡੋਰ ਹੈ ਜਿਹੜੀ, ਉਹ ਬਾਹਰਲੀ ਸਟੇਟਾਂ ਦੇ IPS ਅਫਸਰ ਨੇ, IAS ਅਫਸਰ ਨੇ ਜਾਂ ਹੋਰ ਵੱਡੇ ਅਫਸਰ ਨੇ, ਉਹਨਾਂ ਦੇ ਹੱਥ ਹੈ। ਉਹਨਾਂ ਦੇ ਹੱਥ ਕਿਉਂ ਹੈ ਕਿ ਉਹਨਾਂ ਨੇ ਚੰਗੀਆਂ ਪੜ੍ਹਾਈਆਂ ਕਰਕੇ ਸਾਡਾ ਬੱਚਾ ਦਾ ਪਲੱਸ ਟੂ ਤੋਂ ਬਾਅਦ ਆਪਾਂ ਕਹਿੰਦੇ ਵੀ ਕੀ ਕਰਨ ਲੱਗੇ ਪਲੱਸ ਟੂ ਤੋਂ ਬਾਅਦ ਬੇਟਾ, ਕਹਿੰਦਾ ਨਹੀਂ ਜੀ ਮੈਂ ਤਾਂ IELTS ਕਰਕੇ ਮੈਂ ਤਾਂ ਬਾਹਰ ਚਲੇ ਜਾਣਾ। ਕਿਉਂ ਜਾ ਰਹੇ ਨੇ? ਕੋਈ ਰੁਜ਼ਗਾਰ ਨਹੀਂ, ਕੋਈ ਸੇਫਟੀ ਨਹੀਂ, ਕੋਈ ਕੋਈ ਕਾਨੂੰਨੀ ਤੌਰ ਤੇ ਉਹਨਾਂ ਦੀ ਰਾਖੀ ਨਹੀਂ। ਅੱਜ ਨਸ਼ਿਆਂ ਨੇ ਪੰਜਾਬ ਨੂੰ ਗਰਕ ਕਰ ਦਿੱਤਾ, ਅੱਜ ਪੰਜਾਬ ਨੂੰ ਨੌਜਵਾਨੀ ਦਾ ਘਾਣ ਕਰ ਦਿੱਤਾ। ਇੱਕ ਤਾਂ ਸਾਡੇ ਕੋਲ ਬੱਚਾ, ਰੱਬ ਦੀ ਕੁਦਰਤ, ਅਸੀਂ ਇੱਕੇ ਬੱਚਾ ਲਾਈ ਕਰਦੇ ਹਾਂ ਵੀ ਸਾਡੇ ਇੱਕੇ ਬੱਚਾ ਹੋਵੇ, ਲੇਕਿਨ ਇੱਕ ਬੱਚੇ ਨੂੰ ਵੀ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਜਿਹਦਾ ਇੱਕੇ ਬੱਚਾ ਮਾਂ ਬਾਪ ਦਾ ਉਹਦੀਆਂ ਅੱਖਾਂ ਤੋਂ ਦੂਰ ਦੇਸਾਂ ਪ੍ਰਦੇਸਾਂ ਵਿੱਚ ਚਲਿਆ ਜਾਵੇ। ਜਿਹੜੇ ਬੱਚੇ ਨੂੰ ਮਾਂ 2 ਮਿੰਟ ਅੱਖਾਂ ਤੋਂ ਓਹਲੇ ਨਹੀਂ ਕਰਦੀ, ਉਹ ਬੱਚਾ ਜਦੋਂ ਬਾਹਰਲੇ ਦੇਸਾਂ ਵਿੱਚ ਜਾ ਕੇ ਉਹਨੂੰ ਭਾਂਡੇ ਵੀ ਆਪਣੇ ਮਾਂਜਣੇ ਪੈਂਦੇ ਨੇ, ਆਪ ਕੱਪੜੇ ਵੀ ਆਪਣੇ ਧੋਂਦੇ ਪੈਂਦੇ ਨੇ, ਆਪਣਾ ਮਕਾਨ ਵੀ ਸਾਫ਼ ਕਰਨਾ ਪੈਂਦਾ, ਜਿੱਥੇ ਜਾਂਦਾ ਉੱਥੇ ਵੀ ਲੇਬਰ ਕਰਨਾ ਪੈਂਦੀ ਹੈ। ਇਹ ਕਿਉਂ ਕਰਨਾ ਪੈਂਦਾ? ਜੇ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀ ਜਿਹੜਾ ਕਹਾ ਰਿਹਾ ਸੀ, ਅੱਜ ਉਹ ਸੋਨੇ ਦੀ ਚਿੜੀ ਕੀ, ਉਹ ਅੱਜ ਕਾਲੀ ਚਿੜੀ ਬਣ ਗਏ ਹੈ। ਅੱਜ ਸਾਡੇ ਕਾਲਾ ਹੀ ਕੰਮ ਹੋ ਰਿਹਾ ਹੈ, ਫਰੀਦਾ ਕਾਲੇ ਲਿਖਦਾ ਲੇਖ, ਅਸੀਂ ਕਾਲੇ ਲੇਖ ਲਿਖ ਰਹੇ ਹਾਂ। ਸਾਡੇ ਜਿਹੜੇ ਲੀਡਰ ਨੇ, ਸਾਡੇ ਜਿਹੜੇ ਧਾਰਮਿਕ ਨੇਤਾ ਨੇ, ਉਹ ਸਿਆਸਤ ਦਾ ਰੁੱਖ ਵੱਧ ਕਰਦੇ ਨੇ, ਧਰਮ ਦਾ ਰੁੱਖ ਵੱਧ ਕਰੇ। ਅੱਜ ਈਸਾਈ ਧਰਮ ਕਿਉਂ ਵੱਧ ਰਿਹਾ? ਅੱਜ ਈਸਾਈਆਂ ਵੱਲ ਲੋਕ ਕਿਉਂ ਜਾ ਰਹੇ ਨੇ? ਕਿਉਂ ਉਹਨਾਂ ਦੇ ਵਿੱਚ IAS ਪੈਦਾ ਹੁੰਦੇ ਨੇ, ਉਹਨਾਂ ਵਿੱਚ IPS ਪੈਦਾ ਹੁੰਦਾ ਨੇ, ਉਹਨਾਂ ਵਿੱਚ ਚੰਗੇ ਡਿਗਰੀ ਬੱਚੇ ਗਰੀਬਾਂ ਦੇ ਬਣੇ, ਉਹਨਾਂ ਦੀ ਮਦਦ ਕਰਦੇ ਨੇ। ਜੇ ਸਾਡੀ ਸ਼੍ਰੋਮਣੀ ਕਮੇਟੀ, ਸਾਡੇ ਧਾਰਮਿਕ ਅਦਾਰੇ ਇੱਦਾਂ ਦੇ ਨੌਜਵਾਨਾਂ ਦੀ, ਗਰੀਬ ਲੋੜਵੰਦਾਂ ਦੀ ਬਾਂਹ ਫੜਨ, ਉਹਨਾਂ ਨੂੰ ਚੰਗੀ ਵਿੱਦਿਆ ਦੇਣ, ਉਹਨਾਂ ਦਾ ਰਹਿਣ ਸਹਿਣ ਉੱਚਾ ਕਰਨ, ਇਹਨਾਂ 'ਚੋਂ ਚੰਗੇ ਖਿਡਾਰੀ ਵੀ, ਚੰਗੇ ਇਹਨਾਂ 'ਚੋਂ IPS ਅਫਸਰ ਵੀ, ਚੰਗੇ ICS ਅਫਸਰ ਵੀ, ਚੰਗੇ FCS ਅਫਸਰ ਵੀ ਨਿਕਲ ਸਕਦੇ ਨੇ। ਇਸ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਇਹ ਕਦਮ ਉਹਨਾਂ ਨੇ ਚੁੱਕਿਆ, ਉਹਨਾਂ ਦਾ ਸਤਿਕਾਰ ਕਰਨਾ ਬਣਦਾ, ਕਰਨਾ ਚਾਹੀਦਾ। ਕੋਈ ਤਾਂ ਹਰਿਓ ਬੂਟ ਰਿਹੋ, ਕੋਈ ਤਾਂ ਹੈ ਜਿਹਦੇ ਮਨ ਦੇ ਵਿੱਚ ਸਿੱਖੀ ਦੀ ਗੱਲ ਹੈ। ਅਸੀਂ ਜਿਹੜੇ ਸਿੱਖੀ ਦਾ ਲਵਾਣਾ, ਸਿੱਖੀ ਦਾ ਅਸੀਂ ਪਹਿਰਾਵਾ ਪਾ ਕੇ ਸਿਰਫ ਸਿਆਸਤ ਦੀ ਗੱਲ ਕਰਦੇ ਹਾਂ, ਇੱਕ ਦਿਖਾਵੇ ਦੇ ਸਿੱਖ ਹਾਂ। ਇਹਦੇ ਨਾਲ ਕੁੰਵਰ ਪ੍ਰਤਾਪ ਸਿੰਘ ਸਿੱਖ ਨਹੀਂ, ਆਪਾਂ ਹੈ ਸਿੱਖ ਨਹੀਂ ਹੈਗਾ, ਪਰ ਉਹਦੇ ਅੰਦਰ ਸਿੱਖੀ ਹੈ। ਸਿੱਖੀ ਕੋਈ ਦਿਖਾਉਣ ਦੀ ਸਿੱਖੀ ਨਹੀਂ, ਸਿੱਖੀ ਕੋਈ ਪਹਿਰਾਵੇ ਦੀ ਸਿੱਖੀ ਨਹੀਂ, ਸਿੱਖੀ ਕੋਈ ਦਾੜਾ ਪ੍ਰਕਾਸ਼ ਕਰਕੇ ਜਾਂ ਕਿਰਪਾਨ ਉੱਪਰ ਦੀ ਪਾ ਕੇ ਦਿਖਾਓ ਕੇ। ਜੇ ਅੰਦਰੋਂ ਮਨ ਤੁਹਾਡਾ ਸਾਫ਼ ਹੈ, ਅੰਦਰ ਗੁਰੂ ਦਾ ਡਰ ਹੈ, ਅੰਦਰ ਗੁਰੂ ਦਾ ਭੈ ਹੈ, ਤੁਸੀਂ ਕਿਰਤ ਕਰਦੇ ਹੋ, ਨਾਮ ਜਪਦੇ ਹੋ, ਵੰਡ ਕੇ ਛਕਦੇ ਹੋ, ਤਾਂ ਤੁਸੀਂ ਸਿੱਖ ਖਾ ਸਕਦੇ ਹੋ। ਜੇ ਤੁਸੀਂ ਲਿਬਾਸ ਇੱਕ ਪਾ ਕੇ ਸਿੱਖ ਬਣਦੇ ਹੋ, ਉਹ ਸਿੱਖੀ ਦਾ ਕੋਈ ਫਾਇਦਾ ਨਹੀਂ। ਇਹਦੇ ਨਾਲ ਸਾਡੇ ਨਾਲ ਸਹਿਜਧਾਰੀ ਚੰਗੇ ਨੇ, ਜਿਹੜੇ ਸਿੱਖੀ ਦਾ ਸਤਿਕਾਰ ਕਰਦੇ ਨੇ, ਮੰਨਦੇ ਨੇ, ਗੁਰੂ ਦਾਦ ਕਰ ਰਹੇ, ਉਹਨਾਂ ਦਾ ਸਨਮਾਨ ਕਰਨਾ ਬਣਦਾ। ਮੈਂ ਦਾ ਦਿੰਦਾ ਕਿ ਕੁੰਵਰ ਵਿਜੇ ਪ੍ਰਤਾਪ ਜਿੱਥੇ ਜਿੱਥੇ ਵੀ ਜਾਣ, ਨਾਨਕ ਨਾਮ ਲੇਵਾ ਨੂੰ, ਉਹਦੇ ਵਿੱਚ ਇਕੱਲੇ ਸਿੱਖ ਨਹੀਂ ਕਹਿੰਦਾ, ਨਾਨਕ ਨਾਮ ਲੇਵਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਭਗਤਾਂ ਦੀ ਬਾਣੀ ਹੈ, ਜਿਹਦੇ ਵਿੱਚ ਭਗਤ ਧੰਨਾ ਵੀ ਹੈ, ਕਬੀਰ ਵੀ ਹੈ, ਫਰੀਦ ਵੀ ਹੈ, ਭਾਈ ਜੈਤਾ ਵੀ ਹੈ, ਪੀਪਾ ਵੀ ਹੈ, ਉਹਦੇ ਵਿੱਚ ਸਭ ਧਰਮਾਂ ਦੇ ਹਰ ਅੱਗ ਫਿਰਕਿਆਂ ਦੀ ਵਾਰੀ ਹੈ। ਜਦੋਂ ਅਸੀਂ ਮੱਥਾ ਟੇਕਦੇ ਹਾਂ, ਅਸੀਂ ਉਹਨਾਂ ਸਾਰੇ ਭਗਤਾਂ ਦੇ ਗੁਰੂਆਂ ਨੂੰ ਵੀ ਮੱਥਾ ਟੇਕਦੇ ਹਾਂ। ਇਹ ਕਿਉਂਕਿ ਸਿੱਖ ਧਰਮ ਇੱਕ ਵਿਲੱਖਣ ਧਰਮ ਹੈ, ਜਿਹੜੇ ਪੂਰੇ ਦੁਨੀਆਂ ਨੂੰ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਣ ਵਾਲਾ ਸੰਦੇਸ਼ ਦਿੰਦਾ ਹੈ, ਉਹਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਚੱਲੇ ਨੇ। ਮੈਂ ਉਹਨਾਂ ਨੂੰ ਆਪਣੇ ਵੱਲੋਂ ਆਪਣੇ ਜਨਮ ਦੇ 75ਵੇਂ ਵਰੇ ਗੰਢ ਦੇ ਉੱਤੇ ਉਹਨਾਂ ਨੂੰ ਮੁਬਾਰਕ ਦਿੰਦਾ ਕਿ ਇਹੋ ਜਿਹੇ ਇਨਸਾਨ ਚੰਗੇ ਆ ਕੇ ਸਿੱਖੀ ਦੇ ਜਿਹੜੇ ਨਿਘਾਰ ਆ ਰਹੇ ਆ, ਉਹ ਸਿੱਖੀ ਦੇ ਨਿਘਾਰ ਨੂੰ ਖਤਮ ਕਰਕੇ ਉਹਨਾਂ ਦੋਸ਼ੀਆਂ ਨੂੰ ਜਲਦੀ ਕਟਹਿਰੇ ਵਿੱਚ ਖੜੇ ਕਰਕੇ ਉਹਨੂੰ ਸਜਾਵਾਂ। ਬਿਲਕੁਲ ਬਿਲਕੁਲ, ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਸ ਮਾਮਲੇ ਦਾ ਹੱਲ ਹੋਣਾ ਚਾਹੀਦਾ, ਜਿਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਤੇ ਹਰ ਵਰਗ ਦੀਆਂ ਭਾਵਨਾਵਾਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ। ਅਤੇ ਨਾਲ ਹੀ ਖਾਨਪੁਰ ਸਾਹਿਬ ਗੱਲ ਕਰਾਂਗੇ, ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਤਾਂ ਉਹਨਾਂ ਦੇ ਕੁਝ ਮੰਤਰੀਆਂ ਦੇ, ਕੁਝ ਵਿਧਾਇਕਾਂ ਦੇ ਕਾਰਨਾਮੇ ਸਾਹਮਣੇ ਆ ਰਹੇ ਨੇ ਲਗਾਤਾਰ।
वो टल नहीं रहे तां साडे जिले श्री फतेहगढ़ साहब दे हलका मलोह दे विधायक का भी कारनामा सामने आया। कहिंदे पन गरेन दे इंस्पैक्टर दे नाल बदसलूकी कीती गई है, उन्हां दे उत्ते वड्डे दोष लगे ने ते हुण उस जथेबंदी ने भी एक वड्डा ऐलान कर दिता है। किवें देखदे हो किन्नियां कु मुश्किलां वधदियां नजर आ रहियां ने मान सरकार दीआं इस दे नाल? गुरप्रीत जी, आपां तकरीबन दूजे तीजे दिन यही जी कोई ना कोई घटना आ जाती है। किसी जगह इन्हों का MLA जाके पुलिस वाले नूं दबके मारद, किसी जगह इन्हों के MLA जाके डॉक्टर नूं दबके मारद, किते इन्हों का जाके MLA किसी स्कूल दे भी धमकियां दिंदा, किते इन्हों का MLA जाके DC नूं धमकी दिंदा। आ तुसीं जिहड़े अपने जिले फतेहगढ़ साहब की गल कर रहे हो, खमाणों के एरिए दे विच पिंड हैगा, उत्थे वो माजरी मंडी मंडी रायपुर माजरी दे विच कणक दी जीरी दी कल धान दी कल परचेज शुरू हुई है। पन जी ग्रेन दे इंस्पेक्टर गुरमीत सिंह उत्थे इंस्पेक्टर सीगे, उन्हां ने परचेज शुरू की। वो परचेज शुरू कराई बसी पठाणा दे MLA भुपिंदर सिंह हैप्पी ने, एक 100 क्विंटल की ढेरी ते होर ढेरियां। पर जेड़ा अमलोह का MLA सी गैरी बड़िंग नूं ये चंगा नहीं लग्या कि क्यों मैनू सद्या नहीं गया या मैनू उत्थे क्यों नहीं इनफॉर्मेशन दित्ती गई। उन्हें उस इंस्पेक्टर नूं फोन ते धमकी दित्ती कि मैं तैनू इत्थे रहन नहीं देना, तेरा जेड़ा है काम कार ठीक नहीं हैगा, मैं इत्थे कोई अपनी मर्जी का बंदा लैके आऊंगा, मेरी मंत्री नाल गल हो चुकी है, तैनू पठानकोट या कितने भी दूर चाके मारांगा। मैं समझदा कि थोनू कम MLA मेरे वीरो यही रह गया धमकिया देण दा या दबके मारन दा या अपना रोह जमाउण दा। जे तुसी रोह जमाउणा है प्यार नाल रोह जवाओ, किसी दे मन नू प्यार नाल जितया जांदा है, नफरत नाल या माड़े शब्द बोल के नहीं जितया जांदा। उहनां दे बोले हुए माड़े शब्द ने जिहड़े ओह उहनां दे इखलाक नू गेरदे ने, पार्टी दे इखलाक नू गेरदे ने, भगवंत मान दे लई रोज़ कोई ना कोई नवीआं औकड़ां पैदा करदे ने। वो इन्हां पिछे कदे किसे तों माफ़ी मंगदा है, कदे किसे तों माफ़ी मंगदा है। पर आपां पहलां कहा सी कि मान साहब जिथे तुसीं इन्ना समां कढ़दे हो, हुण तुसीं गुजरात गए होए हो, कदे किते जांदे हो, तुसीं अपने MLA वास्ते 5-4 घंटे बुला के इन्हां नूं विधान सभा दे विच आ जिहड़ा तुहाडा उत्थे बुला के इन्हां नूं ट्रेनिंग दिओ, भाई अपने आप नूं सुधारो, कौड़े बोल ना बोलो जे सरकार चलाउणी है। अज मीडिया बड़ा तेज है, तुहाडे मुंह दी इक कही हुई गल दुनिया दे कोने कोने विच पहुंच जांदी है। अज पन ग्रेव दे जिहड़ी एसोसिएशन है मुलाजमां दी, उहनां ने इह काल दित्ती है कि जे साडा कोई फैसला ना होया, अपनी गलती दी माफ़ी ना मंगी, असीं 2 तरीक नूं परचेज है जिहड़ी बंद कर देंगे। किन्नी माड़ी गल है। वो अज DC नूं भी मंग पत्र देणगे, डिस्ट्रिक्ट। जे अज किसानां दी 6 महीने की फसल मंडी दे विच आई है, खून पसीने की कमाई है, अगर वो एक दिन रुक जाती है तो दूजे दिन फसलों के ढेर लग जाने मंडी दे विच, जगह नहीं रखनी मिलने वास्ते। इहदे नाल किसान तंग होणगे, इहदे नाल आढ़ती तंग होणगे, इहदे नाल जिहड़े पल्लेदार मजदूर वो तंग ने। सिर्फ एक दी गलती नाल लम्हों ने खता की थी, सदियों ने सजा पाई, हम डूब के समझे हैं समुद्र की गहराई। बंदा गलती एक करता है, एक दे मुंह तो कही हुई गल उहदी सज़ा इन्ने लोगों नूं भुगतनी पैंदी है, क्यों ना आपे उसे बंदे नूं सज़ा दईए जिस बंदे ने गलती की है। उस MLA नूं सरकार वालों जल्दी तो जल्दी तलब करके उसके खिलाफ़ कार्रवाई होनी चाहिए है, ता कि जिहड़ियां मुलाजम जथेबंदियां ने जो साडे किसानां दे परचेज करदियां ने वो अपना सही तरीके नाल, किसान दुखी ना होवे। किसान तां पहलां ही कुदरत दी मार दे विच, पहलां बरसातां ने मारता, उस तों पहलां होर नुकसान होए ते दूजा सही भाव नहीं सी मिल रहे। जे अज कुछ गड्डी लैण ते आई है तां इन्हां नूं बंदा बन के अपने काम करने चाहीदे ने, तां कि किसान बिल्कुल अपनी फसल नूं सही दाम दे सके। बिल्कुल। ते जांदे जांदे खानपुर साहब गल करांगे, नजायज मनिक दी दावा कीता जांदा मान सरकार दे वल्लों कि नजायज मनिका दे काबू पा लिया गया है। खास तौर ते मंत्री हरजोत बैंस भी दावा करते हैं कि नजायज मैनिंग नहीं कितने हो रही। चलो रेते दे वध घट जिहड़े रेट ने उहदी गल तां आपां पहलां कर चुके हां,
मसला यह है कि बनूड़ के नजायज माइनिंग हो रही है, तो जेकर हो रही है तो की सरकार नूं पता नहीं, की प्रशासन नूं पता नहीं हैगा जिस तरीके के हालात बने हुए ने? ਜੱਠਾ ਸਾਹਿਬ ਜਦੋਂ ਇਹ ਸਰਕਾਰ ਬਣੀ ਸੀ ਲੋਕਾਂ ਨੂੰ ਡਰ ਸੀਗਾ ਕਿ ਨਵੀਂ ਸਰਕਾਰ ਬਣੀ ਹੈ ਜੇ ਕੋਈ ਅਸੀਂ ਗਲਤ ਕੰਮ ਕਰ ਦਾਂਗੇ ਸਾਨੂੰ ਟੰਗ ਦੇਣਗੇ ਸਾਡੀਆਂ ਬਦਲੀਆਂ ਹੋ ਜਾਣਗੀਆਂ ਅਫਸਰਾਂ ਨੂੰ ਡਰ ਸੀ ਬਦਲੀਆਂ ਹੋ ਜਾਣਗੀਆਂ ਸਸਪੈਂਡ ਹੋ ਜਾਣਗੇ ਜਿਹੜੇ ਮਾਈਨਿੰਗ ਮਾਫੀਆ ਸੀ ਉਹਨਾਂ ਨੂੰ ਸੀ ਵੀ ਸਾਡੇ ਟਿੱਪਰ ਸਾਡੀਆਂ ਗੱਡੀਆਂ ਸਾਡੀਆਂ ਸਾਰੀਆਂ ਬੰਦ ਹੋ ਜਾਣਗੀਆਂ ਪਰ ਉਹਨਾਂ ਨੇ ਹੌਲੀ ਹੌਲੀ ਇਹਨਾਂ ਦੇ ਉੱਤੇ ਵੀ ਕੁੰਡੀ ਪਾ ਲਈ ਹੈ ਹੁਣ ਜੋ ਕੰਮ ਪਹਿਲਾਂ ਚੱਲਦਾ ਸੀਗਾ ਪਹਿਲਾਂ ਜ਼ਿਆਦਾ ਜ਼ੋਰਾਂ 'ਚ ਚੱਲਦਾ ਸੀਗਾ ਹੁਣ ਘੱਟ ਹੈ ਹੁਣ ਤਕਰੀਬਨ ਉਹੀ ਤਾਂ ਮਾਫੀਏ ਵਾਲੇ ਨੇ ਉਹੀ ਅਫਸਰ ਨੇ ਉਹੀ ਅੱਗੇ ਮੁਲਾਜ਼ਮ ਨੇ ਉਹ ਪਹਿਲਾਂ ਸ਼ਰੇਆਮ ਦਿਨ 'ਚ ਕਰਦੇ ਸੀ ਹੁਣ ਉਹ ਰਾਤ ਨੂੰ ਕਰਦੇ ਵੀ 5 ਵਜੇ ਦਫ਼ਤਰ ਬੰਦ ਹੋ ਜਾਂਦੇ ਨੇ ਅਤੇ ਸਵੇਰੇ 9-10 ਵਜੇ ਖੁੱਲ੍ਹਦੇ ਰਾਤ ਨੂੰ ਜੋ ਮਰਜ਼ੀ ਤੁਸੀਂ ਉਹ ਕਰੋ ਉਹਨਾਂ ਦੇ ਕੋਲ ਜਿਹੜੀ ਮਲਾਈ ਹੈ ਉਹ ਪਹੁੰਚਣੀ ਸ਼ੁਰੂ ਹੋ ਗਈ ਹੈ ਚਾਹੇ ਉਹ MLA ਹੋਣ ਚਾਹੇ ਉਹ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਮਾਈਨਿੰਗ ਡਿਪਾਰਟਮੈਂਟ ਹੋਵੇ ਉਹ ਬਿਲਕੁਲ ਉਸੇ ਤਰ੍ਹਾਂ ਪਰ ਕਹਿੰਦੇ ਨੇ ਬਚ ਕੇ ਕਰਿਓ ਆਪ ਵੀ ਬਚ ਕੇ ਕਰਿਓ ਅਤੇ ਸਾਨੂੰ ਵੀ ਬਚਾਇਓ ਸਾਡੇ ਉੱਤੇ ਨਾ ਆਵੇ ਜੇ ਸਾਡੇ ਕੋਲ ਸ਼ਿਕਾਇਤ ਆਵੇਗੀ ਅਸੀਂ ਇਹ ਗੱਲ ਕਹਾਂਗੇ ਜੀ ਮੈਂ ਤਾਂ ਨਵਾਂ ਆਇਆ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਮੈਂ ਤਾਂ ਅਜੇ ਚਾਰਜ ਹੁਣ ਲਿਆ ਹੈ ਦੇਖੋ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਸ਼ਿਕਾਇਤ ਕੌਣ ਕਰੂਗਾ ਸ਼ਿਕਾਇਤਾਂ ਲੈ ਲੈ ਕੇ ਲੋਕ ਜਾਂਦੇ ਨੇ ਪਰ ਸ਼ਿਕਾਇਤਾਂ ਸੁਣਨ ਵਾਲਾ ਹੀ ਕੌਣ ਹੈ ਉੱਥੇ ਜੇ ਸ਼ਿਕਾਇਤਾਂ ਸੁਣਨ ਵਾਲਾ ਆਪੇ ਕਰਪਸ਼ਨ ਕਰਦਾ ਹੋਵੇ ਕਿਸੇ ਦੀ ਸ਼ਿਕਾਇਤ ਕੀ ਸੁਣੇਗੀ ਬਨੂੜ ਦੇ ਹਲਕੇ ਦੇ ਨੇੜੇ ਘੱਗਰ ਪੈਂਦਾ ਹੈ ਘੱਗਰ ਦੇ ਨਾਲ ਝੋਰ ਮਾਜਰਾ ਪਿੰਡ ਪੈਂਦਾ ਹੈ ਹੋਰ ਵੀ ਪਿੰਡ ਪੈਂਦੇ ਨੇ ਸੜਕਾਂ ਬੜੀ ਮੁਸ਼ਕਲ ਦੇ ਨਾਲ ਬਣੀਆਂ ਨੇ ਉੱਥੇ ਰਾਤ ਨੂੰ ਟਿੱਪਰ ਜਿਹੜੇ ਕਿ ਟਨਾਂ ਦੇ ਟਨ ਵੀ ਰੇਤਾ ਲੱਦ ਕੇ ਜਾਂਦੇ ਨੇ ਉਹ ਸੜਕਾਂ ਆਏ ਬਹਿ ਜਾਂਦੀਆਂ ਨੇ ਕਿ ਲੋਕਾਂ ਨੂੰ ਲੱਗਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਰਾਤ ਨੂੰ ਤਾਂ ਸੜਕ ਦੇ ਉੱਤੇ ਨਿਕਲਣਾ ਮੁਸ਼ਕਲ ਹੋਇਆ ਹੋਇਆ ਇਸ ਲਈ ਮੈਂ ਨਹੀਂ ਇਕੱਲੇ ਬਨੂੜ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਦੇ ਜਿੱਥੇ ਜਿੱਥੇ ਵੀ ਖੇਤ ਰੇਤੇ ਦੇ ਖੱਡਾਂ ਨੇ ਜਾਂ ਰੇਤੇ ਦੀ ਜਗ੍ਹਾ ਨੇ ਉੱਥੇ ਸਾਰੇ ਹੀ ਹੋ ਰਹੀ ਹੈ ਕਿਤੇ ਥੋੜੀ ਹੋ ਰਹੀ ਹੈ ਕਿਤੇ ਬਹੁਤ ਹੈ ਗੱਲ ਇਹ ਹੈ ਕਿ ਕੁੱਤੀ ਚੋਰ ਨਾਲ ਮਿਲ ਗਈ ਹੈ ਨਾ ਤਾਂ ਹੁਣ ਕੁੱਤੀ ਭੌਂਕਦੀ ਹੈ ਤੇ ਚੋਰ ਨੂੰ ਪਹਿਲਾਂ ਹੀ ਪਤਾ ਹੈ ਵੀ ਉਹਨੂੰ ਬੁਰਕੀ ਪਾਈ ਹੋਈ ਹੈ ਉਹਨੇ ਚੁੱਪ ਕਰਕੇ ਪੂੰਛ ਹਿਲਾਈ ਜਾਣਾ ਹੈ ਇਸ ਲਈ ਜਦ ਤੱਕ ਮਾਨ ਸਰਕਾਰ ਇਹਦੇ ਉੱਤੇ ਸਖ਼ਤ ਸਟੈਂਡ ਨਹੀਂ ਲੈਂਦੀ ਰਾਤ ਦਿਨ ਸਰਕਾਰ ਗੌਰਮੈਂਟ ਦਾ ਮਤਲਬ ਹੁੰਦਾ ਗੌਰਮਿੰਟ ਜਿਹੜੀ ਮਿੰਟ ਮਿੰਟ ਦੀ ਗੌਰ ਕਰਦੀ ਹੈ ਗੌਰਮਿੰਟ ਦਾ ਮਤਲਬ ਇਹ ਨਹੀਂ ਵੀ ਕਿ 10-8 ਤੋਂ ਲੈ ਕੇ 5 ਵਜੇ ਤੱਕ ਗੌਰਮਿੰਟ ਹੈ ਉਸ ਤੋਂ ਬਾਅਦ ਗੌਰਮਿੰਟ ਨਹੀਂ ਇਹ ਗੌਰਮਿੰਟ ਤਾਂ ਰਾਤ ਨੂੰ ਵੀ ਜਾਗਦੀ ਰਹਿੰਦੀ ਹੈ ਉਹਨਾਂ ਨੂੰ ਰਾਤ ਨੂੰ ਹੀ ਪਤਾ ਲੱਗਦਾ ਕਿਉਂਕਿ ਤਨਖਾਹ ਨੂੰ ਰਾਤ ਦੀ ਵੀ ਮਿਲਦੀ ਹੈ ਰਾਤ ਨੂੰ ਕਿਹੜਾ 8 ਘੰਟੇ ਤਨਖਾਹ ਮਿਲਦੀ ਹੈ ਰਾਤ ਨੂੰ ਵੀ ਪੈਸੇ ਉਹਨਾਂ ਦੇ ਖਾਤੇ ਟਣਾ ਟਣ ਪਈ ਜਾਂਦੇ ਨੇ ਲੇਕਿਨ ਉਹ ਗਿਣਦੇ ਹੀ 8-10 ਘੰਟੇ ਨੂੰ ਨੇ ਇਸ ਲਈ ਮੈਂ ਤੁਹਾਡੇ ਚੈਨਲ ਥਰੂ ਉਹਨਾਂ ਪੋਲੀਟੀਸ਼ਨਾਂ ਨੂੰ ਉਹਨਾਂ MLA ਨੂੰ ਉਹਨਾਂ ਰੇਤ ਮਾਈਨਿੰਗ ਵਾਲਿਆਂ ਨੂੰ ਅਤੇ ਉਸ ਮਹਿਕਮੇ ਨੂੰ ਅਤੇ ਪੁਲਿਸ ਡਿਪਾਰਟਮੈਂਟ ਵੀ ਕਹਿੰਦਾ ਪੈਸਾ ਤੁਹਾਡੀ ਜ਼ਿੰਦਗੀ ਵਿੱਚ ਬੜਾ ਆਉਣਾ ਹੈ ਪੈਸਾ ਤੁਹਾਡਾ ਇਮਾਨਦਾਰੀ ਦਾ ਪੈਸਾ ਆਊਗਾ ਉਹ ਚੰਗੇ ਪਾਸੇ ਲੱਗੂਗਾ ਤੁਹਾਡੀ ਔਲਾਦ ਚੰਗੀ ਨਿਕਲੂਗੀ ਤੁਹਾਡਾ ਸਰੀਰਕ ਤੰਦਰੁਸਤੀ ਰਹੂਗੀ ਤੁਹਾਡੇ ਪਰਿਵਾਰ 'ਚ ਖੁਸ਼ੀਆਂ ਰਹਿਣਗੀਆਂ ਜੇ ਤੁਸੀਂ 2 ਨੰਬਰ ਦਾ ਪੈਸਾ ਲਓਗੇ ਜੇ ਤੁਹਾਡਾ ਇੱਕ ਬੱਚਾ ਚਾਹੇ ਬੱਚੀ ਗਲਤ ਪਾਸੇ ਪੈ ਗਏ ਉਸ ਪੈਸੇ ਕਮਾਏ ਦਾ ਫਾਇਦਾ ਕੀ ਜੇ ਤੁਹਾਨੂੰ ਇਹੀ ਜਿਹੀ ਬਿਮਾਰੀ ਲੱਗ ਗਈ ਜਿਹਦਾ ਲਾ ਇਲਾਜ ਹੀ ਨਾ ਹੋਵੇ ਉਹ ਪੈਸੇ ਕਮਾਏ ਦਾ ਫਾਇਦਾ ਕੀ ਦੇਖਿਆ ਸੀ ਕਈ ਵਾਰ ਕਰੋੜਾਂ ਕਮਾਉਣ ਵਾਲੇ ਲੋਕ ਵੀ ਇੱਕ ਪੈਸਾ ਇੰਨੇ ਹੁੰਦੇ ਹੋਏ ਵੀ ਆਪਣਾ ਇਲਾਜ ਨਹੀਂ ਕਰਾ ਸਕਦੇ ਇਸ ਲਈ ਹੱਕ ਦੀ ਕਮਾਈ ਕਿਰਤ ਕਰੋ ਕਿਰਤ ਦੀ ਕਮਾਈ ਤੁਹਾਨੂੰ ਵਫਾ ਕਰੂਗੀ ਤੁਹਾਡੀ ਔਲਾਦ ਨੂੰ ਵਫਾ ਕਰੂਗੀ ਤੁਹਾਡੀ ਔਲਾਦ ਤੁਹਾਡਾ ਪਰਿਵਾਰ ਸੁਖੀ ਰਹੂਗਾ ਨਹੀਂ ਤਾਂ ਤੁਹਾਡੇ ਬੱਚੇ ਵੀ ਇਸੇ ਕੰਮ ਕਰਕੇ ਕੋਈ ਨਸ਼ਿਆਂ ਵਾਲੇ ਪਾਸੇ ਚਲੇ ਜਾਣਗੇ ਕੋਈ ਜੂਏ ਵਾਲੇ ਪਾਸੇ ਚਲੇ ਜਾਣਗੇ ਕੋਈ ਬਲਾਤਕਾਰੀ ਕੇਸਾਂ 'ਚ ਫਸ ਜਾਣਗੇ ਜਦੋਂ ਹਰਾਮ ਦਾ ਪੈਸਾ ਹੁੰਦਾ ਉਹ ਚੰਗੇ ਪਾਸੇ ਨਾ ਮਾੜੇ ਪਾਸੇ ਲੱਗਦਾ ਇਸ ਲਈ ਮਾੜੇ ਕੰਮਾਂ ਤੋਂ ਛੱਡ ਕੇ ਚੰਗੇ ਪਾਸੇ ਲਗੋ ਆਪਣੀ ਜ਼ਿੰਦਗੀ ਤੁਹਾਨੂੰ ਮਸਾਂ ਮਿਲੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੇ ਇਹੋ ਤੇਰੇ ਬਰੀਆ ਆਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇ ਬਨਾਮ ਉਸ ਵਾਹਿਗੁਰੂ ਦਾ ਨਾਮ ਜਪੋ ਚਾਹੇ ਕਿਸੇ ਵੀ ਧਰਮ ਨੂੰ ਮੰਨਦੇ ਹੋ ਉਹਦਾ ਸਤਿਕਾਰ ਕਰੋ ਉਹਦੀ ਪੂਜਾ ਕਰੋ ਕੋਈ ਧਰਮ ਬੇਈਮਾਨੀ ਕਰਨਾ ਠੱਗੀ ਮਾਰਨਾ ਦੂਜੇ ਦੇ ਹੱਕ ਖੋਣ ਦੀ ਗੱਲ ਨਹੀਂ ਕਰਦਾ ਜਿਹੜੇ ਖੋਹਦੇ ਨੇ ਉਹ ਧਾਰਮਿਕ ਨਹੀਂ ਹੋ ਸਕਦੇ ਉਹ ਰੱਬ ਨੂੰ ਇਹ ਆਪਣੇ ਧਰਮ ਨੂੰ ਮੰਨਣ ਨਹੀਂ ਸਕਦੇ ਉਹ ਇੱਕ ਉਹ ਲੋਕ ਨੇ ਕਿਰਤਗਣ ਲੋਕ ਨੇ ਜਿਹੜੇ ਪਰਮਾਤਮਾ ਦੀ ਦਿੱਤੀ ਹੋਈ ਕਿਰਤ ਨੂੰ ਛੱਡ ਕੇ ਲੋਕਾਂ ਦਾ ਹੱਕ ਖਾਂਦੇ ਨੇ ਇਸ ਲਈ ਉਹਨਾਂ ਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਬਿਲਕੁਲ ਤੇ ਬਹੁਤ ਬਹੁਤ ਤੁਹਾਡਾ ਸ਼ੁਕਰ ਹੈ ਖਾਨਪੁਰ ਸਾਹਿਬ ਪ੍ਰੋਗਰਾਮ ਵਿੱਚ ਕੀਮਤੀ ਸਮਾਂ ਦਿੱਤਾ ਤੁਸੀਂ ਤੁਹਾਡਾ ਵੀ ਚੱਠਾ ਸਾਹਿਬ ਬਹੁਤ ਧੰਨਵਾਦ ਸਮੁੱਚੇ ਚੈਨਲ ਦਾ ਧੰਨਵਾਦ ਸਰੋਤਿਆਂ ਦਾ ਧੰਨਵਾਦ ਜਿਹੜੇ ਤੁਹਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਤੇ ਰੀਝ ਨਾਲ ਦੇਖਦੇ ਨੇ ਤੇ ਬਹੁਤ ਵਧੀਆ ਆਪਣੇ ਕਮੈਂਟਸ ਆਪਣੀ ਰਾਏ ਦਿੰਦੇ ਨੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ
तो साढ़े नाल सन उगे सिख बुद्धि जीवी ते सियासी माहिर सरदार प्रीतम सिंह खानपुर ब्रिंग साहब तमाम खबरों को लेकर इन्होंने बड़े ही वधिया ढंग अपने विचार रखे ने। उम्मीद करते हैं प्रोग्राम तुहानू जरूर पसंद आया होगा। प्रोग्राम के मुतलक कोई भी तुहाड़ी राय होवे तुसी जरूर साढ़े नाल सांझी कर सकते हो। अज के प्रोग्राम में फिलहाल इन्ना ही। जुड़े रहो विनिंग पंजाब टीवी के नाल। दिओ इजाजत। धन्यवाद।